ਗੁਰੂਆਂ ਦੇ, ਕਦੇ ਪੀਰਾਂ ਦੇ, ਕਦੇ ਸਿੱਧਾਂ ਦੇ, ਕਦੇ ਨਾਥਾਂ ਦੇ, ਕਦੇ ਜੱਟੀਆਂ ਦੇ, ਕਦੇ ਸਤੀਆਂ ਦੇ, ਕਦੀ ਕੀਤੇ ਦਾ ਨਾ ਨਾਥਾਂ ਦੇ। ਇੱਕ ਦਿਨ ਮੇਰਾ ਯਕੀਨੀ ਬਣਿਆ, ਬੜਾ ਭੋਲਾ ਸੀ ਪੰਡਿਤ ਜੀ ਨੂੰ ਵਾਰ ਵਾਰ ਕਹਿੰਦਾ ਵੀ ਠਾਕੁਰ ਮੈਨੂੰ ਦੇ ਦੇ। ਪੰਡਿਤ ਵੀ ਇਹ ਭੋਲਾ ਹੀ ਹੈ, ਉਹਨੇ ਕੋਈ ਪੱਥਰ ਚੱਕਿਆ ਉੱਤੇ ਰੰਗ ਰੂੰਗ ਕੀਤਾ, ਵੀ ਤਾਂ ਤੰਨੇ ਜੱਟ ਨੂੰ ਕਹਿੰਦਾ ਕੋਈ ਗੱਲ ਨਹੀਂ ਆ। ਪਰ ਤੰਨੇ ਜੱਟ ਨੇ ਐਸਾ ਵਿਸ਼ਵਾਸ, ਐਸੀ ਪੱਤੀ ਕੀਤੀ, ਉਹਨੂੰ ਪੱਥਰ ਚੋਂ ਬਾਹਰ ਆਉਣਾ ਪੈ ਗਿਆ। ਤੰਨੇ ਜੱਟ ਨੇ ਪੱਥਰ ਚੋਂ ਰੱਬ ਪਾ ਲਿਆ, ਅਤੇ ਜਿਹੜਾ ਪੰਡਿਤ ਹੈ ਉਹਨੇ ਨਹੀਂ ਪਾ, ਉਹ ਨਹੀਂ ਪਾ ਸਕਿਆ। ਉਹ ਗੰਗਾ ਵਿੱਚ ਰਹਿ ਕੇ ਵੀ ਗੰਗਾ ਜਨੀ ਹਾਰ ਸਕਿਆ ਨਾ, ਸਾਫ਼ ਹੋ ਸਕਿਆ। ਕਦੇ ਗੁਰੂਆਂ ਦੇ, ਕਦੇ ਪੀਰਾਂ ਦੇ, ਕਦੇ ਸਿੱਧਾਂ ਦੇ, ਕਦੇ ਜੱਟੀਆਂ ਦੇ, ਕਦੇ ਸਤੀਆਂ ਦੇ, ਕਦੇ ਕੀਤੇ ਦਾ ਨਾ ਨਾਥਾਂ ਦੇ। ਇੱਕ ਤੇ ਤੇਰਾ ਯਕੀਨੀ ਬਣਿਆ, ਕਦੀ ਇੱਥੇ ਕਦੀ ਉੱਥੇ, ਫੇਰ ਕਹਿੰਦੇ ਮੈਨੂੰ ਕੁਝ ਨਹੀਂ ਮਿਲਿਆ, ਐਵੇਂ ਮੱਥੇ ਟੇਕੇ ਮੱਥਾ ਟੇਕਣਾ ਨਾ ਆਵੇ, ਮੱਥਾ ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ ਮੰਗਣਾ ਨਾ ਆਵੇ, ਦੱਸ ਫਕੀਰ ਕੀ ਕਰੇ। ਜਿਹੜਾ ਬੀਜ ਵਿੱਚ ਫਲ ਉਹੀ ਮਿਲਣਾ, ਬੀਜ ਕਿਰਾਂ ਦੇ ਵਿੱਚ ਫਲ ਦਾ ਖੰਡੂਰਾ। ਨਿਸ਼ਾਨਾ ਮੇਰਾ ਆਪਦਾ ਨਹੀਂ ਪੱਕਾ, ਚ ਤੀਰ ਦਾ ਕੋਈ ਕਸੂਰ ਨਹੀਂ ਹੈ। ਤੈਨੂੰ ਭਿੰਨਣਾ ਨਾ ਆਵੇ, ਦੱਸ ਤੀਰ ਕੀ ਕਰੇ, ਤੈਨੂੰ ਮੰਗਣਾ ਨਾ ਆਵੇ।
ਸਖੀ ਕਰੇ।